ਜਿੰਨੀਆਂ ਤਰੀਫਾਂ ਮੇਰੀਆਂ ਵੱਧ ਹੋਣਗੀਆਂ ਉਨੀ ਆਪਣੀ ਸਕੀਮ ਛੇਤੀ ਕੰਮ ਕਰੂਗੀ। ਹਾਏ ਹਾਏ ਅੱਜ ਤਾਂ ਥੱਕ ਗਈ ਬਾਹਲਾ ਕੰਮ ਸਿੱਧਾ। ਹੌਲੀ ਹੌਲੀ ਕਰ ਲਿਆ ਕਰ ਕੰਮ ਕਰ, ਹੈਂ ਵਿੱਚ ਦੀ ਆਰਾਮ ਕਰ ਲਿਆ ਕਰ, ਕੁਝ ਮਗਰ ਤਾਂ ਨਹੀਂ ਪਿਆ ਹੁੰਦਾ, ਇੰਨਾ ਕਸ਼ਟ ਵੀ ਦੇਣਾ ਸਰੀਰ ਨੂੰ ਠੀਕ ਨਹੀਂ ਹੁੰਦਾ। ਤੇ ਤੁਸੀਂ ਤਾਂ ਕਹਿੰਦਾ ਹੌਲੀ ਹੌਲੀ ਕਰ ਲਿਆ ਕਰ, ਹੌਲੀ ਹੌਲੀ ਕੰਮ ਕਿੱਥੇ ਨਿਬੜਦਾ, ਉਹ ਤੋਂ ਗਰਮੀ ਇੰਨੀ ਹੈ, ਉਹ ਤੋਂ ਕੱਪੜਿਆਂ ਢੇਰ ਲੱਗ ਜਾਂਦੇ, ਦੇਸਾਂ ਦਾ ਕੱਪੜੇ ਧੋਣ ਆਏ ਪਏ ਹੁੰਦੇ ਨੇ, ਡੰਗਰ ਬੱਚਾ ਵੀ ਸਾਹਮਣਾ ਹੁੰਦਾ, ਝਾੜੂ ਪੋਚਾ ਵੀ ਕਰਨਾ ਹੁੰਦਾ, ਰੋਟੀ ਟੁੱਕ ਵੀ ਕਰਨਾ ਹੁੰਦਾ, ਭਾਂਡੇ ਠੀਕਰੀ ਮਾਂਜਣੇ ਹੁੰਦੇ ਨੇ। ਇਹ ਤਾਂ ਹੁਣ ਸਾਰੇ ਘਰ ਘਰ ਹੀ ਹੁੰਦੇ ਨੇ ਕੰਮ, ਬੇਬੇ ਵੀ ਤੇਰੇ ਨਾਲ ਕੰਮ 'ਚ ਹੱਥ ਵਟਾਉਂਦੀ ਹੋਊ ਮਾੜਾ ਮੋਟਾ। ਬਹਿ ਜਾਓ ਟਿੱਕ ਕੇ, ਬੇਬੇ ਕਿਹੜਾ ਹੱਥ ਵਟਾਉਂਦੀ ਹੈ, ਸਾਰਾ ਦਿਨ ਤਾਂ ਮੰਜੇ 'ਚ ਨਹੀਂ ਹਲਦੀ ਬੇਬੇ, ਤੁਸੀਂ ਤਾਂ ਖੇਤ ਹੁੰਦੇ ਹੋ, ਸੋਨੂੰ ਕੀ ਪਤਾ, ਭਾ ਦਿਓ ਬੇਬੇ ਤੋਂ ਕਮਾਂਦਰਾ, ਬੇਬੇ ਤਾਂ ਐਂ ਸੁੱਖ ਵੀ ਨਹੀਂ ਹੈਗਾ ਵੀ ਕੱਪੜੇ ਦੇ ਤਾਂ ਅਸੀਂ ਲਾਦੇ ਬੈਠੀ ਬੈਠੀ। ਚੱਲ ਕੋਈ ਗੱਲ ਨਹੀਂ, ਬਥੇਰਾ ਕੰਮ ਕੀਤਾ ਬੇਬੇ ਨੇ ਸਾਰੀ ਉਮਰ, ਹੈ ਹੁਣ ਆਰਾਮ ਕਰਨ ਦੀ ਉਮਰ ਹੈ ਬੇਬੇ ਦੀ। ਹਾਂ ਹਾਂ ਆਪਣਾ ਵਿਆਹ ਹੋਣ ਦਿਓ, ਦੇਰ ਤੀ ਬੇਬੇ ਤਾਂ ਆਰਾਮ ਕਰਨ ਦੀ ਉਮਰ ਉਹਦੀ ਸ਼ੁਰੂ ਹੋ ਗਈ ਤੀ, ਬੇਬੇ ਸੱਚੀ ਕੰਮ ਕਰਦੀ ਤੀ, ਮੈਨੂੰ ਤਾਂ ਸੱਚ ਨਹੀਂ ਆਉਂਦਾ। ਗੱਲ ਕਰ, ਮੈਂ ਛੋਟਾ ਤੀ ਉਦੋਂ, ਨਾ ਹੀ ਮੋਬਾਈਲ ਚੱਲੇ ਤੀ, ਨਹੀਂ ਮੈਂ ਵੀਡੀਓ ਬਣਾ ਕੇ ਰੱਖ ਲੈਂਦਾ ਤੈਨੂੰ ਦਿਖਾਉਣ ਨੂੰ। ਜਾਂ ਸੋਨੂੰ ਕੀ ਪਤਾ ਸੀ ਵੀ ਤੁਹਾਡਾ ਮੇਰੇ ਨਾਲ ਵਿਆਹ ਹੋਊਗਾ? ਜੇ ਕਿਸੇ ਹੋਰ ਨਾਲ ਹੋ ਜਾਂਦਾ ਉਹਨੇ ਵੀ ਆਹੀ ਗੱਲ ਪੁੱਛਣੀ ਸੀ ਤੇਰੇ ਵਾਲੀ। ਇਹ ਤਾਂ ਗੱਲ ਸਹੀ ਹੈ, ਉਹ ਵੀ ਵਿਚਾਰੀ ਪੁੱਛਦੀ ਹੋ, ਉਹ ਤਾਂ ਕੈਮਰੇ ਤਾਂ ਹੋਣਗੇ, ਇੱਕ ਨਾ ਦੀ ਫੋਟੋ ਖਿੱਚ ਕੇ ਰੱਖ ਲੈਂਦੇ। ਹਾਂ ਹੁਣ ਰੱਖੂੰਗਾ ਅਗਲੇ ਜਨਮ 'ਚ, ਜਾਂ ਚਾਹ ਬਣਾ ਕੇ ਲਿਆ। ਬਣਾਉਣੀ ਆ। ਹੋਰ ਸੁਖਪਾਲ ਠੀਕ ਹੈ? ਹਾਂ ਹਾਂ ਠੀਕ ਹੈ, ਬੜੇ ਵਧੀਆ। ਕੰਮ? ਹਾਂ ਹਾਂ ਬੜੇ ਨਿਬੇੜਲੇ। ਅੱਛਾ ਤਾਈ ਕਿੱਥੇ ਹੈ? ਆ ਤਾਈ ਉਧਰ ਪਈ ਹੈਗੀ। ਅੱਛਾ ਠੰਡੀ ਸੀ, ਮਹਾ ਚੱਲ ਤਾਈ ਕੋਲ ਜਾ ਕੇ ਹੋਣੀ ਆ, ਮੜਾ ਗੇੜਾ ਦੇਖ। ਨਾ ਕੋਈ ਨਾ, ਉਧਰ ਪਈ ਹੈ ਵੇੜੇ 'ਚ। ਹੋਰ ਤਕੜੀਆਂ ਤਾਈ? ਹਾਂ ਹਾਂ ਤਕੜੀਆਂ, ਰਹਿਣੀ ਬਹਿ ਜਾ। ਕਿਵੇਂ ਰਹਿਣੀ ਹੈ? ਵਧੀਆ, ਗਰਮੀ ਤੋਂ ਠੀਕ ਠਾਕ ਹੈ? ਵਧੀਆ। ਮੈਂ ਤਾਂ ਤੇਰੇ ਕੋਲ ਹੀ ਆਈ ਸੀ ਤਾਈ, ਮਹਾ ਚੱਲ 10 ਮਿੰਟ ਤਾਈ ਕੋਲ ਜਾ ਕੇ ਹੋਣੀਆਂ, ਗੱਲਾਂ ਬਾਤਾਂ ਮਾਰ ਕੇ ਹੋਣੀ, ਠੰਡ ਜੀ ਦਾ ਮੌਸਮ ਅੱਜ। ਚੰਗਾ ਕਰਿਆ ਪੁੱਤ, ਮੈਂ ਤਾਂ ਪਰਸੋਂ ਦੀ ਡਿੱਕੀ ਜਾਂਦੀ ਸੀ, ਮਹਾਰਾਣੀ ਨੇ ਗੇੜੇ ਨਹੀਂ ਮਾਰਿਆ। ਤਾਈ ਕੱਲ ਮੈਂ ਆਪਦੇ ਪੇਕੀ ਵਗ ਗਈ, ਨਹੀਂ ਤਾਂ ਮੈਂ ਤੇਰੇ ਕੋਲ ਗੇੜਾ ਮਾਰਦੀ ਆ, ਤੇਰੇ ਨਾਲ ਗੱਲਾਂ ਕਰੇ ਬਿਨਾਂ ਕਿੱਥੇ ਢਿੱਡ ਹੌਲਾ ਹੁੰਦਾ। ਹੋਰ ਹੋਰ ਹੋਰ, ਐਂ ਦੱਸ ਤੇਰੇ ਪੇਕੀ ਠੀਕ ਨਾ ਸਾਰੇ? ਕਿੱਦਾਂ ਨਹੀਂ, ਮੇਰੀ ਬੇਬੇ ਕਹੀ ਜਾਂਦੀ ਸੀ ਵੀ ਮੈਨੂੰ ਮਿਲ ਜਾ ਕੇ, ਫਿਰ ਮੈਂ ਮੇਰੀ ਮਾਂ ਨੂੰ ਕਿਹਾ, ਮੈਂ ਕਿਹਾ ਬੱਬੀ ਕੋਲ ਤਾਂ ਟਾਈਮ ਨਹੀਂ ਹੈਗਾ ਆਉਣ ਦਾ, ਮੈਨੂੰ ਚਮਕੌਰ ਨੂੰ ਭੇਜ ਦੇ, ਨਾਲ ਲੈ ਜੂਗਾ ਨਾਲ ਛੱਡ ਜੂਗਾ, ਮਿਲ ਜੂੰਗੀ ਮੈਂ ਤੈਨੂੰ ਆ ਕੇ। ਮੈਂ ਇੱਥੋਂ ਨਹੀਂ ਬੱਸਾਂ 'ਚ ਪਕਾਈ ਹੁੰਦੀ, ਕੇਰ ਚੜ੍ਹਦੀ ਆ, ਸਿਰ ਦੁਖਣ ਲੱਗ ਜਾਂਦਾ। ਹਾਂ ਇਹ ਤਾਂ ਗੱਲ ਠੀਕ ਹੈ ਤੇਰੀ। ਲਿਆ ਤਾਈ ਸੁਖਪਾਲ ਤੋਂ ਪਾਣੀ ਤਾਂ ਮੰਗਾ ਠੰਡਾ, ਹੁਣੇ ਮੰਗਾਉਣੀ ਆ। ਸੁਖਪਾਲ ਪੁੱਤਾ, ਰਾਣੀ ਨੂੰ ਪਾਣੀ ਲਿਆ ਕੇ ਦੇਈ ਠੰਡਾ। ਆਉਣੀ ਆ ਬੇਬੇ, ਲਿਆਉਣੀ ਆ। ਆ ਤੀਜੇ ਦਿਨ ਅੱਜ ਦੇ ਮੂੰਹ ਚੱਕ ਕੇ, ਦੋ ਕਰਮਾਂ 'ਤੇ ਘਰ ਹੈ, ਇਹਦਾ ਮੂੰਹ ਵੀ ਸੁੱਕ ਗਿਆ ਐਡੀ ਛੇਤੀ। ਆ ਬੇਬੇ ਵਰਗੀ ਵਿਹਲੀ ਹੈ ਤਾਂ, ਇਹ ਤਾਂ ਦਰਾਣੀਓ ਚੰਗੀ ਹੈ ਜਿਹੜੀ ਸਾਰਾ ਕੰਮ ਕਰ ਲੈਂਦੀ ਹੈ ਘਰ ਦਾ। ਇਹਨੂੰ ਕਹਿੰਦੀ ਨਹੀਂ ਕੁਛ ਉਹ, ਪਰ ਕਹਿੰਦੀ ਤਾਂ ਹੋਊਗੀ ਵਿਚਾਰੀ, ਸੁਣਦਾ ਹੀ ਨਹੀਂ ਕੋਈ ਹੋਊਗਾ ਉਹਦੀ। ਹੋਰ ਸੁਣਾ ਤਾਈ ਕੋਈ ਗੱਲਬਾਤ ਫਿਰ ਨਵੀਤਾ ਜੀ? ਨਵੀਤਾ ਜੀ ਤੂੰ ਸੁਣਾ, ਪੇਕਿਆਂ ਨੇ ਜਾ ਕੇ ਆਈ ਆ, ਮੈਂ ਤਾਂ ਸਾਰਾ ਦਿਨ ਘਰੇ ਰਹਿੰਦੀ ਆ, ਮੈਨੂੰ ਨਵੀਤਾ ਜੀ ਦਾ ਕੀ ਪਤਾ। ਨਵੀਤਾ ਜੀ ਕੀ ਸੀ ਤਾਈ, ਚੰਗਾ ਏਸੀ ਲੱਗਿਆ ਹੋਇਆ ਸੀ ਪੇਕਿਆਂ ਦੇ ਘਰੇ, ਆਪਾਂ ਤਾਂ ਲਾ ਕੇ ਬਾਹਰ ਲਾ ਕੇ ਏਸੀ ਮੌਜ ਨਾਲ ਪੈ ਜਾਂਦੇ ਸੀ। ਮੈਂ ਤਾਂ ਬੇਬੇ ਨੂੰ ਕਿਹਾ ਨਾ ਤਾਂ ਸਹੁਰਿਆਂ ਦੇ ਘਰੇ ਡੱਕਾ ਦੂਰਾ ਕਰਿਆ, ਨਾ ਕਰਾਂ ਪੇਕਿਆਂ ਦੇ ਘਰੇ। ਆਪਾਂ ਤਾਂ ਭਾਬੀ ਚੰਗਾ ਰੋਟੀ ਪਾਣੀ ਬੈੱਡ 'ਤੇ ਬੈਠੀ ਨੂੰ ਫੜਾ ਜਾਂਦੀ ਸੀ। ਚੱਲ ਵਧੀਆ ਗੱਲ ਆ ਭਾਈ, ਆਪਾਂ ਤਾਂ ਆਪ ਡੱਕਾ ਦੂਰਾ ਨਹੀਂ ਕਰਿਆ, ਜਿਹਦੇ ਦਾ ਮੁੰਡਾ ਵਿਆਹ ਹੈ, ਮੁੰਡਾ ਸਮਝੇ ਕੰਮ ਨੂੰ, ਬਹੂ ਸਮਝੇ। ਮੈਂ ਤਾਂ ਹੁਣ ਮੰਜੇ 'ਤੇ ਪਈ ਰਹਿੰਦੀ ਹਾਂ ਮੌਜ ਨਾਲ, ਬਥੇਰਾ ਕਰ ਲਿਆ ਰਾਣੀ, ਮੈਂ ਤਾਂ ਸਾਰੀ ਉਮਰ ਕੰਮ ਹੀ ਕਰਿਆ। ਠੀਕ ਹੈ ਤਾਈ, ਸਾਰੀ ਉਮਰ ਕੰਮ ਹੀ ਕਰਿਆ, ਹੁਣ ਤਾਂ ਬਹਿ ਕੇ ਆਰਾਮ ਨਾਲ ਹੁਕਮ ਚਲਾਇਆ ਕਰ, ਹੁਣ ਸਾਰੀ ਉਮਰ ਹੀ ਤਾਂ ਨਹੀਂ ਸੁੱਖਿਆ ਹੋਇਆ ਕੰਮ ਕਰਨਾ। ਚਲਾਈ ਦਾ ਹੁਕਮ ਤਾਂ ਚਲਾਈ ਜਾਂਦੀ ਹਾਂ, ਮੈਂ ਤਾਂ ਕਦੇ ਭਾਂਡਾ ਚੱਕ ਕੇ ਨਹੀਂ ਧਰਿਆ। ਵਧੀਆ ਤਾਈ, ਆਪਾਂ ਨੂੰ ਭਾਂਡਾ ਚੱਕ ਕੇ ਧਰਨ ਦੀ ਲੋੜ ਵੀ ਕੀ ਹੈ, ਵਧੀਆ ਹੁਕਮ ਹੀ ਚਲਾ। ਮੈਂ ਤਾਂ ਆਪ ਤਾਈ ਤੇਰੇ ਵਰਗੀ ਹਾਂ, ਮੈਂ ਤਾਂ ਆਪ ਕਦੇ ਸੂਈ 'ਚ ਧਾਗਾ ਨਹੀਂ ਪਾਇਆ, ਆਪੀ ਕਰਨ ਕੋਈ ਨਾ ਕਰਨ। ਮੈਂ ਤਾਂ ਮੇਰੀ ਦਰਾਣੀ ਨੂੰ ਸਿੱਧਾ ਕਹਿਤਾ, ਮਾਂ ਭਾਈ ਕੰਮ ਤੈਨੂੰ ਕਰਨਾ ਪਊਗਾ, ਮੈਥੋਂ ਕੰਮ ਕੁੰਮ ਨਹੀਂ ਹੁੰਦਾ। ਪਹਿਲਾਂ ਮੇਰੀ ਸੱਸ ਜਿਉਂਦੀ ਤੇ ਉਹ ਕਰ ਲੈਂਦੀ ਸੀ, ਜਦੋਂ ਉਹ ਹੈ ਨਹੀਂ ਹੁਣ ਇਹ ਵਿਆਹੀ ਆ ਗਈ, ਮੈਂ ਇਹਨੂੰ ਕਹਿਤਾ ਮਾਂ ਭਾਈ ਕੰਮ ਕਰ ਲਿਆ ਕਰ, ਤੈਨੂੰ ਕਰਨਾ ਪਊ। ਹੁਣ ਉਹਨੂੰ ਪਤਾ ਤਾਈ ਵੀ ਜੇ ਬੋਲੂੰਗੀ ਤਾਂ ਕਲੇਸ਼ ਪਊਗਾ। ਹਾਂ ਠੀਕ ਹੈ ਗੱਲ, ਸਿਆਣੀ ਹੈ ਫਿਰ ਉਹ ਹਜੇ। ਜਿਵੇਂ ਤਾਈ ਤੇਰੇ ਮੂਹਰੇ ਸੁਖਪਾਲ ਨਹੀਂ ਕੁਸ਼ਕਦੀ, ਉਹ ਮੇਰੇ ਮੂਹਰੇ ਨਹੀਂ ਕੁਸ਼ਕਦੀ ਹੈ। ਠੀਕ ਹੈ ਫਿਰ ਤਾਈ, ਉਹਦੇ ਤੋਂ ਬਚਣ ਵਾਲੀ ਗੱਲ ਕਰਦੀ ਸੀ ਵੀ ਬਾਹਲੀ ਭੁੱਖ ਜੀ ਦਿਖਾਉਂਦੀ ਹੈ ਵਿਆਹਾਂ ਸ਼ਾਹਾਂ 'ਚ ਜਾ ਕੇ, ਉਹ ਗੱਲ ਆਪਣੀ ਵਿਚਾਲੀ ਰਹਿ ਗਈ ਸੀ। ਨਹੀਂ ਆਹੋ ਬਹੁਤ ਭੁੱਖ ਦਿਖਾਉਂਦੀ ਹੈ ਉਹ ਤਾਂ, ਰਸਗੁੱਲਿਆਂ ਦੀਆਂ ਤੇ ਗੁਲਾਬ ਜਾਮਣਾਂ ਦੀਆਂ ਨਾ ਪਲੇਟ ਦੀ ਟੀਸੀ ਲਾ ਲੈਂਦੀ ਹੈ, ਉਹ ਤਾਂ ਸਾਰਿਆਂ ਨੂੰ ਪਤਾ। ਅੱਛਾ ਤਾਈ ਠੀਕ ਹੈ ਠੀਕ ਹੈ, ਤੇ ਹੋਰ ਉਹ ਤਾਂ ਦੂਜੀ ਵੀ ਇਹੀ ਜੀ ਹੈ, ਇਹਨਾਂ ਦਾ ਤਾਂ ਸਾਰਾ ਲਾਣਾ ਹੀ ਇਹੋ ਜਿਹਾ, ਬਾਹਲੀ ਭੁੱਖ ਦਿਖਾਉਂਦੇ ਨੇ, ਇਹਨਾਂ ਦੇ ਤਾਂ ਜਵਾਕ ਵੀ ਇਹੋ ਜਿਹੇ ਨੇ। ਤਾਈ ਸੁਣਿਆ ਤਾਂ ਮੈਂ ਵੀ ਸੀ ਵੀ ਇਹਨਾਂ ਦਾ ਸਾਰਾ ਲਾਣੀ ਇਹੋ ਜਿਹਾ, ਤੇ ਆਪ ਇਹ ਬਾਹਲੇ ਚੀਪੜ ਨੇ, ਆਪ ਇਹ ਕਿਸੇ ਨੂੰ ਖਵਾ ਨਹੀਂ ਸਕਦੇ, ਚੁੰਡੀ ਨਹੀਂ ਵੜਾਉਂਦੇ, ਕਹਿੰਦੇ ਉਹੀ ਘਰ ਹੈ ਜਿਹੜਾ ਫਿਰਨੀ ਤੇ ਹੈ। ਹਾਂ ਹਾਂ ਉਹੀ ਹੈ। ਅੱਛਾ ਤੇ ਹੋਰ, ਜੇ ਇਹਨਾਂ ਨੂੰ ਪਤਾ ਲੱਗ ਜਾਏ ਨਾ ਵੀ ਕੱਲ੍ਹ ਨੂੰ ਭੋਗ ਹੈ, ਇੱਕ ਦਿਨ ਪਹਿਲਾਂ ਹੀ ਰੋਟੀ ਛੱਡ ਦਿੰਦੇ ਨੇ। ਸੱਚ ਹੋਰ ਗੱਲ ਦੱਸਦੇ ਤਾਈ, ਤੈਨੂੰ ਕੱਲ੍ਹ ਕਿਸੇ ਗੱਲ ਦਾ ਹੋਰ ਪਤਾ ਲੱਗਿਆ ਤੈਨੂੰ? ਨਾ ਮੈਨੂੰ ਤਾਂ ਨਹੀਂ ਪਤਾ ਲੱਗਿਆ। ਤਾਈ ਜਿਹੜੇ ਬਾਬੇ ਸੇਮੇ ਕੇ ਨਹੀਂ ਰਹਿੰਦੇ ਤਾਈ ਕੋਲੇ?
उन्हें तो बड़े मुंडे ने कल आपकी बहू बाली ही कुटी वो तो थाने जाती सी कहिंदे लोगों ने रोकी है आंढ गुआंढ ने। अच्छा भाई मैनू नहीं पता। ले होर ताई बड़ा कुछ होया तेनू पता है फिर मेरे को सी ए डी पहले ही पहुंची जाती है। हाँ गल तो तेरी ठीक है। हूँ पूरे 3.5 घंटे लग जाऊ बेबे को 3.5 घंटे जो फिल्म देख लेना फिल्म ही मुक जाती है पर इन्हों गल नहीं मुकती धन दिन तकड़िया ने। मैं तो कहनी गल् कर दें थकदियाँ तेरी कर ली चुगली मेरी कर ली सारा पिंड ने चुगली करी बिना छड़ी नहीं होना। बस गुस्सा ना करी ताई मेरी गल का सुखपाल भी भिणख जी लैन की आदत है हूँ देखी अपने कनी किमें चाखी जाती है बिड़क लेंदी है गल की। तू देखती जा जे इन हूँ कोई कम याद आ गया ना वो भज लूगी। अच्छा अच्छा ताई फिर तो तेन ये सुभाव बारे खास ही पता है। लै होर कदों की तो यह ब्याही आई है सुभा का हजे पता ही नहीं और एक तुर गई। गल तो तेरी सही है नहीं ताई वह बागी आई मी नहीं मनू कर मैल कुर कहें है नहीं बाकी ताई तेरे च हैगी है गलबात। नहीं मैं तो 10 मिनटा च अगले ना इन्ना जान जा नहीं हूँ जिन्ना अगले आपके बारे च नहीं पता हूँ। ठीक है ताई मन गए तेनू। सुपाल आ कुर्ते का बटन जहा पक्का करने वाला है। कोई ना मैं दुध बालना माड़ा जा। वो मैं तो ये भोगते जाना थी। चल कोई ना 2 मिनट रुको तुम मैं दुध बालना माड़ा जा। हाँ दुध में बाल आ जाए छेती मैं बटन जा पक्का करके दे दूंगी तो इन तक काल करी जाते वाली अदू तो हजे उबड़ा नहीं टाइम लग जाओ बेबे कह के देख दे तो रौला पा दूंगा। बेबे ने माड़ा जहा बटन पक्का करने वाला उधर उन्होंने भोगते जाने दुध में बाल आने वाला कि दुध ना निकल जाए कर दूंगा माड़ा जहा बटन पक्का। मैं इतों नहीं निकल आई जाती सुखपाल तू आप ही कर दे 2 मिनट का कम बेबे बटन तू पक्का कर दे उन्होंने काली उधर मेरा दुध ना उबड़ जाए कितने ना तू 2 मिनट गैस बंद कर दे बाद दवा ली बाल ये कि गल है। चंगा हो गया। हाँ हाँ हो गया जा। ले बेबे नू कहा थी भी बटन पक्का कर दे मैं दुध नू बाला देनी आ इन्ना के भी नहीं कम कर सकी। चल कोई ले राजू भाई आए बैठे। सस्सीकाल भैन। सस्सीकाल भाई मैं कोई हेला तो आ मड़े ठीक ठाक बने सारे। और बेबे पूरे सारे ठीक थे। हां बढ़िया जमा। चलो बढ़िया कदों का आती मैं तो 20 मिनट होया बने आई नु मासी कहंदी सुखपाल बाड़े च गई है गोवा पत्तन मैं चल आ जूगी। हाय तू मेनू सद लेंदा ले मैं तो आराम नाल आई मैंने कि पता तू आवेगा जदे फोन भी नहीं करया पहला। चल कोई गल नहीं बने पानी पी ले भाई। ना बने पानी तो नहीं पीता बेबे इतनी गर्मी है पानी तो पिया आंदी नहीं भाई तू आप ही पी लंदा। चल मैं आख्या आ जाएगी तू पिया देंगी नाले ने सा ले लिया। चल ले हुन अद्धे घंटे सा ही लेई जाना मैं लेउनी आ। ਲੈ ਮੈਂ ਤਾਂ ਗੁੱਸਾ ਚੜ੍ਹ ਜਾਂਦਾ ਬੇਬੇ 'ਤੇ ਤੈਨੂੰ ਅੱਧਾ ਘੰਟਾ ਹੋ ਗਿਆ ਆਈ ਨੂੰ ਪਾਣੀ ਵੀ ਨਹੀਂ ਪਿਆਇਆ। ਹੋਰ ਭੈਣੇ ਮੇਰਾ ਤਾਂ ਮੂੰਹ ਸੁੱਕੀ ਜਾਂਦਾ ਸੀ ਬੇਬੇ ਨੇ ਤਾਂ ਮੇਰਾ ਪਾਣੀ ਦਾ ਨੋਂ ਹੀ ਨਹੀਂ ਲੈਤਾ ਫਿਰ ਮੈਂ ਬੈਠਾ ਰਿਹਾ ਮੈਂ ਚੱਲ ਭੈਣ ਨੂੰ ਉਡੀਕਦੇ ਹਾਂ। ਹਾਏ ਬਾਈ ਤਾਂ ਆਪ ਮੰਗ ਕੇ ਪੀ ਲੈਣਾ ਤੀ ਪਾਣੀ ਜੇ ਤੂੰ ਪੀ ਆਂਦਾ ਰਸੋਈ ਜਾ ਕੇ ਆਪ। ਬਸ ਭੈਣੇ ਮੈਂ ਤਾਂ ਉਹੀ ਸੰਗ ਗਿਆ ਨਾ ਮੈਂ ਪਹਿਲਾਂ ਕਿੰਨਾ ਕੁ ਵੜਿਆ ਰਸੋਈ 'ਚ। ਤੇ ਸੰਗਣ ਦੀ ਕਿਹੜੀ ਗਲਤੀ ਕਿ ਤੇ ਮੂਰੇ ਪੁੱਛਣਾ ਬਾਈ ਮੇਰੀ ਸੱਸ ਤਾਂ ਬਾਲੀ ਕੰਮ ਚੋਲਟੀ ਹੈ ਕੰਮ ਦਾ ਡੱਕਾ ਨਹੀਂ ਤੋੜਦੀ ਸਾਰਾ ਦਿਨ ਮੰਜੇ ਚੜੀ ਬੈਠੀ ਰਹਿੰਦੀ ਹੈ। ਇੱਕ ਦਿਨ ਨਾ ਤੇਰੇ ਬਾਈ ਦੇ ਕੁੜਤੇ ਬਟਨ ਪੱਕਾ ਕਰਨ ਆਤੀ ਟੁੱਟ ਗਿਆ ਖੇਤ 'ਚ ਕਹਿੰਦਾ ਮੈਂ ਕਿਸੇ ਦੇ ਭੋਗ ਤੇ ਜਾਣਾ ਮੇਰਾ ਦੁੱਧ ਧਰਿਆ ਪਿਆ ਉਧਰੋਂ ਕਹਿੰਦੀ ਦੁੱਧ ਦਾ ਗੈਸ ਬੰਦ ਕਰਿਆ ਤੂੰ ਬਟਨ ਆਪੇ ਲਾ ਲੈ ਇੰਨਾ ਕੰਮ ਵੀ ਨਹੀਂ ਕਰ ਸਕਦੀ ਬਾਈ। ਅੱਛਾ ਅੱਛਾ ਤਾਈਓ ਹੋਏ ਮੈਨੂੰ ਪਾਣੀ ਪੀਣ ਤੋਂ ਕਾਲ ਕਰ ਗਈ। ਹੋਰ ਬਾਈ ਇਹ ਤਾਂ ਜਿੱਦਣ ਦੇ ਮੈਂ ਵਿਆਹ ਕੇ ਆਈਆਂ ਨਾ ਇਹ ਤਾਂ ਕੰਮ ਦਾ ਡੱਕਾ ਅੰਦੂਰਾ ਕਰਿਆ ਕਦੇ ਵੀ ਇਹ ਕਹਿੰਦੇ ਨੇ ਬਾਈ ਬੇਬੇ ਪਹਿਲਾਂ ਕੰਮ ਬਾਲਾ ਕਰ ਦਿੱਤੀ ਮੈਨੂੰ ਤਾਂ ਲੱਗਦਾ ਬੇਬੇ ਕੰਮ ਕਰ ਦਿੱਤੀ। ਮੈਨੂੰ ਤਾਂ ਆਪ ਲੱਗਦਾ ਭੈਣੇ ਕਿਹੜਾ ਕੀਤਾ ਹੋਏ ਨਾ ਕਮੰਦਰਾ ਜਦੋਂ ਉੱਠ ਕੇ ਪਾਣੀ ਲਿਆ ਸਕੀ। ਪੁੱਛਣਾ ਬਾਈ ਇੰਨਾ ਕੰਮ ਹੁੰਦਾ ਸਾਡੇ ਸਾਰਾ ਮੈਂ ਕਰਦੀ ਹਾਂ ਕੰਮ ਕਰ ਕਰ ਥੱਕ ਜਾਂਦੇ ਬਾਈ ਇਹਨੇ ਕਦੇ ਤਰਸ ਨਹੀਂ ਕਰਿਆ ਮੇਰੇ 'ਤੇ। ਨਹੀਂ ਚੰਗੀ ਭਲੀ ਸਿਹਤ ਹੈ ਬਾਈ ਇਹਦੀ ਬਿਮਾਰੀ ਠਮਾਰੀ ਕੋਈ ਇਹਨੂੰ ਨਹੀਂ ਹੈਗੀ ਮਾੜਾ ਮਾਟਾ ਕੰਮ ਚੱਤ ਬਟਾ ਦੇ ਕੀ ਹੁੰਦਾ ਹੈ। ਚੱਲ ਕੋਈ ਨਾ ਭੈਣੇ ਹੌਲੀ ਹੌਲੀ ਕਰ ਲਿਆ ਕਰ ਕੰਮ ਹੋਰ ਕੀ ਹੈ। ਤੇਰੇ ਬਾਈ ਵੀ ਇਹੀ ਗੱਲ ਕਹਿੰਦਾ ਬਾਈ ਐ ਹੌਲੀ ਹੌਲੀ ਕਿੱਥੇ ਨਿਬੜਦਾ। ਚੱਲ ਮੈਂ ਰੋਟੀ ਬਣਾ ਕੇ ਲਿਆਉਣੀ ਬਾਈ। ਨਾ ਨਾ ਰੋਟੀ ਤਾਂ ਭੈਣੇ ਮੈਂ ਖਾ ਕੇ ਆਇਆ ਸੀ। ਇੱਕ ਨਾ ਅੱਧੀ ਖਾ ਲਈ ਬਾਈ ਐਡੇ ਐਡੇ ਦਿਨ ਹੋ ਰਹੇ ਨੇ। ਚੱਲ ਕੋਈ ਨਾ ਭੈਣੇ ਖਾ ਲੂੰ ਇੱਕ ਅੱਧੀ ਬਾਈ ਵੀ ਨਹੀਂ ਆਇਆ ਹਲੇ ਖੇਤੋਂ। ਹਾਂ ਹਾਂ ਆਉਣ ਵਾਲੀ ਹੋਣਾ ਬਾਈ ਮੈਂ ਬਣਾਉਣੀ ਆ ਰੋਟੀ। ਮੈਂ ਮਿਲ ਕੇ ਜਾਣਾ ਸੀ ਉਹਨੂੰ ਫਿਰ। ਹਾਂ ਮੈਂ ਬਣਾਉਣੀ ਆ ਰੋਟੀ ਆਉਣ ਵਾਲੀ ਹੋਣਾ ਬਸ। ਆ ਗਏ ਤੁਸੀਂ? ਹਾਂ ਰਾਜੂ ਆ ਰਿਹਾ। ਹਾਂ ਹਾਂ ਮੈਂ ਰੋਟੀ ਬਣਾ ਕੇ ਲੈਣੀ ਆ। ਕਦੋਂ ਕਾਇ ਸੀ? ਹੋ ਗਿਆ ਹੱਥ ਰਹਿੰਦਾ ਯਾਰ। ਲੈ ਆ ਗਿਆ ਬਾਈ। ਹੋਰ ਫਿਰ ਠੀਕ ਠਾਕ ਬਾਈ ਵਧੀਆ। ਕਦੋਂ ਕਾਇ ਸੀ? ਬਸ ਅੱਧਾ ਘੰਟਾ ਹੋਇਆ ਬਾਈ। ਮੈਂ ਵੀ ਮਿਸਤਰੀ ਜਿਹਾ ਲਾ ਰੱਖਿਆ ਸੀਗਾ ਖੇਤ ਖੇਲ ਜੀ ਬਣਵਾਈ ਹੈਗੀ। ਅੱਛਾ ਚੱਲ ਵਧੀਆ ਹੈ ਉਹਦੇ ਬਿਨਾਂ ਕਿਹੜਾ ਸਰਦਾ। ਹੋਰ ਸਰਦਾ ਕਿੱਥੇ ਹੈ। ਹੋਰ ਬੇਬੇ ਬਾਪੂ ਠੀਕ ਨੇ ਬੱਚੇ ਠੀਕ ਨੇ? ਹਾਂ ਠੀਕ ਠਾਕ ਬਾਈ ਵਧੀਆ। ਤੂੰ ਸੁਣਾ ਸਿਹਤ ਕਿਵੇਂ? ਵਧੀਆ ਬਾਈ ਵਾਹਿਗੁਰੂ ਦੀ ਕਿਰਪਾ ਹੈ ਬਸ। ਚੱਲ ਕਿਰਪਾ ਹੀ ਕੀ ਆ ਗਿਆ। ਹੈਲੋ
ਕਰਿਆ ਮਾਂ ਕਿਉਂ? ਅੱਛਾ ਆ ਗਿਆ, ਚੰਗਾ ਆ ਗਿਆ। ਕੀ ਹੋ ਗਿਆ, ਕਿੱਥੇ ਡਿੱਗੀ? ਉਹ ਫਰਸ਼ ਤੇ ਡਿੱਗ ਪਈ, ਜਿਲਬ ਜੰਮੀ ਹੋਈ ਸੀ ਨਾ, ਪੈਰ ਤਿਲਕ ਗਿਆ। ਮੈਂ ਕਿਹਾ ਸੀ ਇਹਨੂੰ ਵੀ ਧਿਆਨ ਨਾਲ ਪੈਰ ਧਰਿਆ ਕਰ। ਚੱਲ ਫਿਰ ਉਹਨੂੰ ਖਾਣ ਨੂੰ ਦਿਖਾ ਲੈਂਦੇ ਹਾਂ। ਹਾਂ ਉਹ ਹੱਡੀਆਂ ਪੈਰਾਂ ਵਾਲੀ ਹੈ, ਉਹਦੇ ਕੋਲੇ ਲੈ ਜਾ ਇਹਨੂੰ। ਨਵੇਂ ਜੱਬ ਨਹੀਂ ਕਰਤਾ, ਚੱਲ ਆ ਜਾ ਫਿਰ। ਕਿਵੇਂ ਹੱਡੀ ਟੁੱਟ ਗਈ? ਨਾ ਹੱਡੀ ਤਾਂ ਬਚ ਗਈ, ਮਾਸ ਪਾਟਿਆ। ਆ ਗੋਲੀਆਂ ਦਿੱਤੀਆਂ, ਨਾਲੇ ਤੇਲ ਦਿੱਤਾ, ਕਹਿੰਦਾ ਇਹ ਮਲ ਲਿਓ, ਹੋ ਜੂਗਾ ਠੀਕ, ਕਹਿੰਦਾ ਥੋੜ੍ਹੇ ਦਿਨਾਂ ਨੂੰ। ਚੱਲ ਹੋਰ ਸਾਲਾ ਨਵੇਂ ਹੀ ਜੱਬ ਛਿੜ ਗਿਆ ਬੈਠੇ ਬੈਠੇ ਨੂੰ। ਚੱਲ ਆ ਜਾ ਤੈਨੂੰ ਗੋਲੀਆਂ ਦੇਵਾਂ। ਮੇਰੀ ਗੱਲ ਸੁਣਿਓ, ਕੰਮ ਤਾਂ ਮੇਰੇ ਤੋਂ ਬਣਨਾ ਨਹੀਂ ਹੈਗਾ। ਖਾਨ ਨੇ ਵੀ ਕਿਹਾ ਕਈ ਦਿਨ ਕੰਮ ਨਹੀਂ ਕਰਨਾ ਹੈਗਾ। ਜੇ ਪਿੰਡ ਵਾਲੀ ਬੇਬੇ ਨੂੰ ਸੱਦ ਲਾ, ਉਰ ਵਾਲੀ ਬੇਬੇ ਨੇ ਵੀ ਨਹੀਂ ਕੰਮ ਕਰਨਾ ਹੈਗਾ। ਲੈ ਕਰਨਾ ਕਿਉਂ ਨਹੀਂ ਯਾਰ, ਹੁਣ ਜਦੋਂ ਪਤਾ ਉਹਨੂੰ ਤੇਰੇ ਸੱਟ ਵੱਜੀ ਹੈ। ਮੈਂ ਤੂੰ ਪੁੱਛ ਕੇ ਦੇਖ ਲੈ, ਮੈਨੂੰ ਨਹੀਂ ਲੱਗਦਾ ਵੀ ਕੰਮ ਕਰ ਦੂਗੀ ਇਹ। ਲੈ ਮੈਂ ਪੁੱਛ ਲੈਂਦਾ ਯਾਰ, ਉਹ ਐਂ ਸੀਗਾ ਵੀ ਉਹ ਬੇਬੇ ਨੂੰ ਵੀ ਰਹਿਣਾ ਔਖਾ ਇੰਨੇ ਦਿਨ, ਹੁਣ ਦਿਨ ਤਾਂ ਕਈ ਲੱਗ ਜਾਣਗੇ। ਚੱਲ ਮੈਂ ਪੁੱਛਦਾ ਫਿਰ, ਹੈਂ ਫਿਰ ਮੈਂ ਤੈਨੂੰ ਦੱਸ ਦੂੰਗਾ ਕਿਵੇਂ। ਚੰਗਾ ਬੇਬੇ ਗੱਲ ਕਰਨੀ ਸੀ ਇੱਕ। ਹਾਂ ਦੱਸ ਪੁੱਤ। ਮੈਂ ਤਾਂ ਐਂ ਕਹਿੰਦਾ ਸੀਗਾ ਵੀ ਸੁਖਪਾਲ ਦੇ ਹੁਣ ਸੱਟ ਵੱਜੀ ਕਰਕੇ ਕੰਮ ਤਾਂ ਉਹ ਤੋਂ ਬਣਨਾ ਨਹੀਂ ਹੈਗਾ, ਬਾਕੀ ਖਾਨ ਨੇ ਵੀ ਕਿਹਾ ਵੀ ਕਈ ਦਿਨ ਕੰਮ ਨਹੀਂ ਕਰਨਾ, ਹੁਣ ਕੰਮ ਬਿਨਾਂ ਤਾਂ ਸਰਨਾ ਨਹੀਂ ਹੈਗਾ। ਫਿਰ ਤੂੰ ਮਖਾਂ ਮਾੜਾ ਮੋਟਾ ਕਰ ਲਿਆ ਕਰੇਂਗੀ ਕੰਮ, ਰੋਟੀ ਪਾਣੀ ਤਾਂ ਕਰ ਲਿਆ ਕਰੀ, ਜ਼ਿਆਦਾ ਭਾਰ ਬੋਝ ਤਾਂ ਨਾ ਕਰੀ, ਉਹ ਪਿਆ ਰਹੂਗਾ, ਚੱਲ ਫਿਰ ਦੇਖੀ ਜਾਊ। ਨਾ ਪੁੱਤ ਮੈਥੋਂ ਤਾਂ ਨਹੀਂ ਕੰਮ ਹੁੰਦਾ, ਸਾਰੀ ਉਮਰੀ ਹੋ ਗਈ ਮੈਨੂੰ ਕੰਮ ਕਰਦੀ ਨੂੰ, ਇਹਦੀ ਮਾਂ ਨੂੰ ਸੱਦ ਲੂਗੀ, ਘੋੜੇ ਵਰਗੀ ਹੈ, ਬਥੇਰਾ ਕਰ ਲਿਆ ਕਰੂਗੀ ਉਹ। ਉਹਨੂੰ ਤਾਂ ਫਿਰ ਸੱਦਣੇ ਪਊਗਾ, ਮੈਂ ਤਾਂ ਤੈਨੂੰ ਪੁੱਛਦਾ ਸੀਗਾ ਵੀ ਜੇ ਚੱਲ ਤੂੰ ਕਰ ਲਿਆ ਕਰੇ। ਚੱਲ ਕੋਈ ਨਾ, ਉਹਨੂੰ ਸੱਦ ਲਾਂਗੇ। ਤੇਰੀ ਗੱਲ ਸੱਚੀ ਹੈ, ਉਹ ਤਾਂ ਕਹਿੰਦੀ ਮੈਥੋਂ ਤਾਂ ਨਹੀਂ ਕੰਮ ਹੋਣਾ। ਮੈਂ ਤਾਂ ਸਾਨੂੰ ਪਹਿਲਾਂ ਹੀ ਕਿਹਾ ਸੀ ਵੀ ਬੇਬੇ ਨੇ ਨਹੀਂ ਕਰਨਾ ਕੰਮ, ਲੈ ਮੈਨੂੰ ਫੋਨ ਲਾ ਕੇ ਦਿਓ, ਮੈਂ ਪਿੰਡ ਵਾਲੀ ਬੇਬੀ ਨੂੰ ਕਰਾਂ। ਲਾ ਦੇਣਾ ਇੱਕ ਮਿੰਟ। ਕਿਹੜਾ ਬੇਬੇ ਕੋਲ ਨਾਸੀ ਵਾਲਾ ਨੰਬਰ ਹੀ ਹੈ? ਹਾਂ ਹਾਂ ਉਹੀ ਹੈ। ਹੋਰ ਠੀਕ ਠਾਕ ਵਧੀਆ? ਹਾਂ ਵਧੀਆ ਵਧੀਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤ, ਠੀਕ ਹੋ? ਹਾਂ ਜੀ ਹਾਂ ਜੀ, ਆ ਜਾਓ। ਉਹ ਤਾਂ ਸੱਟ ਵਾਲੀ ਤਾਂ ਨਹੀਂ ਵੱਜੀ ਕਿਤੇ? ਨਾ ਨਾ ਜੀ, ਮਾਸ ਪਾਟਿਆ ਕੁੱਟਦਾ, ਨਵੇਂ ਜੱਬ ਪੈ ਗਿਆ ਬਾਈ। ਹੋਰ ਨਹੀਂ ਹੈ ਬਸ, ਜਦੋਂ ਰਲੀ ਦੇਖੀ ਹੋਵੇ। ਸਤਿ ਸ਼੍ਰੀ ਅਕਾਲ ਬੇਬੇ। ਸਤਿ ਸ਼੍ਰੀ ਅਕਾਲ ਪੁੱਤ। ਸਤਿ ਸ਼੍ਰੀ ਅਕਾਲ ਬਣ। ਸਤਿ ਸ਼੍ਰੀ ਅਕਾਲ। ਮਾਸ ਜਾ ਪਾਟ ਦੇ ਬੇਬੇ, ਮੜ ਜਾ ਸਾ। ਵਾਲੀ ਤਾਂ ਨਹੀਂ ਵੱਜੀ ਪੈਣੇ? ਨਾ ਨਾ ਵਾਲੀ ਨਹੀਂ ਵੱਜੀ ਬਾਈ, ਬਚ ਗਈ। ਚੱਲ ਮਾਸੀ ਪਾਟੇ। ਸਤਿ ਸ਼੍ਰੀ ਅਕਾਲ ਮਾਸੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹੋਰ ਠੀਕ ਹੋ? ਹਾਂ ਠੀਕ ਹਾਂ। ਬਹਿ ਜਾ ਬੇਬੇ, ਬਹਿ ਜਾ। ਭੈਣ ਜੀ ਜਦੋਂ ਸੁਖਪਾਲ ਦਾ ਫੋਨ ਗਿਆ, ਮੈਨੂੰ ਤਾਂ ਬਾਹਲੀ ਚਿੰਤਾ ਹੋ ਗਈ। ਮੈਂ ਆਖਿਆ ਕਿਤੇ ਜ਼ਿਆਦਾ ਹੀ ਨਾ ਸੱਟ ਵੱਜ ਗਈ ਹੋਵੇ। ਨਾ ਭੈਣ ਜੀ, ਬਚਤ ਰਹੇਗੀ, ਮਾਸੀ ਪਾਟਿਆ। ਚਲੋ ਹੋ ਜੂਗਾ ਠੀਕ। ਆਪਣੇ ਪਿੰਡ ਹੀ ਆਈ ਖਾਨ ਹੈ, ਸਿਆਣਾ ਹੱਡੀਆਂ ਦਾ, ਉਹ ਕਹਿੰਦਾ ਥੋੜੇ ਦਿਨਾਂ 'ਚ ਹੋ ਜੂਗਾ ਠੀਕ। ਕੋਈ ਨਾ ਪੁੱਤ, ਫਿਰ ਹੋ ਜੂਗਾ ਠੀਕ। ਚਲੋ ਮੈਂ ਸੰਨੀ ਘਰੇ ਆਵਾਂ ਫਿਰ। ਕਰਿਆ ਬਈ ਕੋਈ, ਮੈਂ ਤਾਂ ਤੂੰ ਹੀ ਸਿੱਧੀ ਕਰਦੀ ਆ। ਬਸ ਪੁੱਤ ਕੰਮ ਦਾ ਨਾ ਫਿਕਰ ਕਰ, ਕੰਮ ਤਾਂ ਮੈਂ 10 ਦਿਨ ਤੇਰੇ ਲੰਘਾਉਂਗੀ। ਮੈਨੂੰ ਰਾਜੂ ਨੇ ਦੱਸਤਾ ਸੀ ਸਾਰੀ ਗੱਲ ਤੇਰੀ ਸੱਸ ਬਾਰੇ ਤਾਂ। ਹਾਂ ਬੇਬੇ, ਇਹਨੇ ਤਾਂ ਮੈਨੂੰ ਕਿਹਾ ਸੀ, ਕਹਿੰਦਾ ਬੇਬੇ ਨੂੰ ਕਾਹਨੂੰ ਕਸ਼ਟ ਦੇਣਾ, ਕਾਹਨੂੰ ਸੱਦਣੀ ਆ। ਚੱਲ ਮੈਂ ਬੇਬੇ ਨੂੰ ਪੁੱਛ ਲੈਣਾ, ਪਰ ਇਹਨੇ ਤਾਂ ਸਿੱਧੇ ਜਵਾਬ ਦਿੱਤਾ ਬੇਬੇ, ਕਹਿੰਦੀ ਮੇਰੇ ਤੋਂ ਨਹੀਂ ਕੰਮ ਬਣਦਾ, ਫਿਰ ਮੈਂ ਤੈਨੂੰ ਫੋਨ ਕਰਿਆ। ਅੱਛਾ ਪੁੱਤ, ਕੰਮ ਦਾ ਤਾਂ ਕੋਈ ਰੌਲਾ ਨਹੀਂ, ਕੰਮ ਤਾਂ ਮੈਂ ਕਰ ਲਿਆ ਕਰੂੰ, ਪਰ ਇਹ ਕੀ ਗੱਲ ਹੈ ਵੀ ਤੇਰੀ ਮੰਮੀ ਐਂ ਕੰਮ ਕਿਉਂ ਨਹੀਂ ਕਰਦੀ? ਰੱਬ ਜਾਣਦਾ ਬੇਬੇ ਵੀ ਇਹ ਕਿਉਂ ਨਹੀਂ ਕੰਮ ਕਰਦੀ। ਇਹ ਤਾਂ ਕਹਿੰਦੇ ਨੇ ਪਹਿਲਾਂ ਬਹੁਤ ਕੰਮ ਕਰਦੀ ਤੀ, ਪਰ ਮੈਨੂੰ ਤਾਂ ਜਿੱਦਣ ਦੀ ਵਿਆਹੀ ਆ ਨਾ, ਮੈਨੂੰ ਆਲਸੀ ਜੀ ਦੇਖਦੀ ਹਾਂ। ਤੈਨੂੰ ਲੱਗਦਾ ਬੇਬੇ ਇਹ ਕੰਮ ਕਰਦੀ ਹੋਊਗੀ? ਹੋ ਸਕਦਾ ਪੁੱਤ ਪਹਿਲਾਂ ਕੰਮ ਕਰਦੀ ਹੋਵੇ। ਕਈ ਵਾਰੀ ਦਿਮਾਗ 'ਚ ਬੁੜੀਆਂ ਦੇ ਇਹੋ ਜਿਹਾ ਕੀੜਾ ਵੜਦਾ ਹੈ ਵੀ ਜਦੋਂ ਮੁੰਡਾ ਵਿਆਹ ਲਿਆ ਵੀ ਹੁਣ ਮੈਂ ਨਹੀਂ ਕੰਮ ਕਰਨਾ, ਉਹ ਸੋਚਦੀਆਂ ਨੇ ਵੀ ਨੂੰ ਆਪੇ ਕੰਮ ਕਰੇ ਨਾ ਕਰੇ। ਮੈਨੂੰ ਲੱਗਦਾ ਤੇਰੀ ਸੱਸ ਦੇ ਤਾਂ ਇਹੀ ਦਿਮਾਗ 'ਚ ਵੜਿਆ ਹੋਇਆ ਹੈ, ਅਤੇ ਇਹਦੀ ਸੋਚ ਨੇ ਨਾ ਇਹਨੂੰ ਆਲਸੀ ਬਣਾ ਤਾ।
तरीका ता मेरे को हैगा इनू काम लाउण दा। काम कर ला देंगी बेबे, ओ किवें? पुत्त जदों मैं तैनू कही दिता मैं काम करने इनू लाऊंगी। भैणे बेबे दे चिट्टे तजर्बे नाल ही आए ने, ला दू किसे ना किसे ढंग नाल। बेबे जे ए काम हो जे फिर ता वाला वधिया हो जू। हो जू पुत्त, ए केड़ी गल है वी काम नहीं होऊगा। राजू मैं तैं ते रहेंगा अज। ना ना बई, घरे नहीं सरदा यार, मैं तो बेबे नूं छड्डने आया सी। रह जांदा अज, कोई नहीं, जिद बेबे नूं लैण आया उदे ला के आऊं रात। हाँ पुत्त, मैं जिदे फोन करे तू उदे आई। मैं तो हजे भैन को लाऊंगी दस दिन, नाले जाई समाई नाल हौली हौली जाई। ठीक है बेबे, हजे तो रखांगे बेबे नूं 10-12 दिन। कोई नहीं बई, कोई गल नहीं। हाँ चल ठीक है बई, चंगा। ठीक है ठीक, चंगा बेबे। चंगा चंगा बई, चंगा। तू मेरी गल सुन पुत, सुखपाल तेनों एक काम करना पऊ जे तैं तेरी सस नूं काम करन लाउणा। केड़ा काम बेबे? काम ये है पुत, जे मैं कोई भी चीज़ बनावां, सब्जी बनावां, रोटी बनावां, चौल बनावां, तां तू मेरी तारीफ तेरी सस दे सामने करनी होगी, ते जस्से तो भी करानी होगी। अच्छा बेबे, मैं तां कर दिया करूँ, पर इन्हां नूं की कहूँ? जस्से नूं पुत तां ऐ कहना भी मेरी बेबे वड्याई दी भुखी है, जेड़ी कोई चीज बनाया करे ना तुसी तारीफ कर दिया करो, फिर देखी गां की बनता है। अच्छा बेबे, आए तो बथेरा कह दूंगा इन्हां नूं। ठीक है पुत, तुसी ना मेरी गल सुनो। बेबे ना हुण चाह बना के ल्याउंदी है, तुसी उन्हां दी तारीफ कर दिओ, बेबे वड्याई दी भुखी है, खुश हो जांदी है। लै इह कीड़ी गल है, मैं तां फुल तारीफां कर दूं बेबे दी चाह दीआं। कल्ली चाह दी तारीफ नहीं करनी बेबे, होर चीजां ही बनाया करूं, उहदी भी करनी है तारीफ। चल कोई ना, मैं तां सारे कासे दी कर दिया करूं जिहड़ी बनाऊ, ये बड़ी गल है। बेबे कमाल ही करती, तू तो चाय बड़ी स्वाद बनाई है, कल भी बड़ी स्वाद थी, मैं कहता कहता रह गया। अच्छा पुत, मैं तो चाह एवें जिवें बनाउनी है बेटे, शुरू तो ही सारे ही मानते ने चाह नूं तां। सच्ची गल है बेबे, मानने वाली गल है, बहुत स्वाद है चाह तां। बेबे तो ना शुरू तो वाली स्वाद चाह बनाउंदी है, मैं जदों कुमारी हुंदी थी बेबे सुती पई हुंदी, मैं बेबे नूं कहनी ठा के चाह बना, मेरे वास्ते तो वाली स्वाद चाह बनाउनी है, साडा तो सारा टब्बर ही बेबे दे मगर पै जांदा, चाह ना करदा कोई भी, कहिंदे तूं चाह कर, तूं वाली स्वाद बनाउनी है। सुखपाल तूं भुल गई पुत, अपने तो जदों तू कुमारी हुंदी सी आंढ गुआंढ दियां सारियां बुढ़ियां आ जांदियां सी चाह पी के आवांगे बेबे जी कोल। हाँ हाँ बेबे आ गई याद, गुआंढणा तां पता ही लैण आ जांदी आंबी, सुखपाल नूं खंघ हो रही है, राजू नूं जुखाम हो रहा, पता लैण आया सी तां आउंदियां तां चाह दियां मारियां सारियां। बहुत स्वाद है यार चाह तां, किवें तारीफां दे पुल बन्नी जांदे आ, इहो जिहा की पता चाह च, चाहां वर्गी चाह है, मैनूं तां लै जस्से ते गुस्सा चढ़ी जांदा, निक्का हुंदा मेरियां चाहां दियां किन्नियां तारीफां करदा सी, आ सुखपाल देख पा के वंगणा जा किवें तारीफां करदी आपदी माँ दियाँ, जे मैं चाह बनावा ना फिर पता लगे इनू भी मेरी माँ चाह स्वाद बनाउंदी आ कि मेरी सस चाह स्वाद बनाउंदी आ। बस सुखपाल पुत, मेरी चाह दियाँ तां तुसीं दोनां ने वट कढ़ते तारीफां वाले। लै बेबे तूं आपदियां तारीफां वाले कहिंदे वट नहीं कढे, तूं तां कहिंदी आंढणा गुआंढणा भी चाह पीण दे मारे आउंदियां सीगियां। जिन्नियां तारीफां मेरियां वध होणगियां ਉਨੀ ਆਪਣੀ ਸਕੀਮ ਛੇਤੀ ਕੰਮ ਕਰੂਗੀ। ਹਾਂ ਹਾਂ ਬੇਬੇ ਸਹੀ ਗੱਲ ਹੈ ਤੇਰੀ। ਆ ਫੜਾ ਦੇ ਡੱਬਾ, ਸਬਜ਼ੀ ਵਾਲੇ ਤਾਂ ਨਾ ਚਿੱਬ ਕੱਢਦੇ ਬੇਬੇ ਨੇ, ਬੜੀ ਸਵਾਦ। ਮੈਂ ਤੁਹਾਨੂੰ ਕਿਹਾ ਤਾਂ ਹੈਗਾ ਤੀ ਬੇਬੇ ਸਬਜ਼ੀ ਬਹੁਤ ਸਵਾਦ ਬਣਾਉਂਦੀ ਹੈ। ਜੱਸੇ ਪੁੱਤ ਸਬਜ਼ੀ ਵਾਲੀ ਗੱਲ ਤਾਂ ਮੈਂ ਤੈਨੂੰ ਆ ਕੇ ਦੱਸਦੀ ਹਾਂ, ਮੈਂ ਭਾਂਡੇ ਧਰਿਆ। ਠੀਕ ਹੈ ਬੇਬੇ, ਚੱਲ ਰੱਖੇ ਹੁਣ ਦੇ ਭਾਂਡੇ, ਮੈਨੂੰ ਤਾਂ ਪਤਾ ਹੀ ਨਹੀਂ ਸੀ ਬੇਬੇ ਇੰਨੀ ਵਡਿਆਈ ਦੀ ਭੁੱਖੀ ਹੈ। ਵਡਿਆਈ ਦੀ ਭੁੱਖੀ ਤਾਂ ਉਰਾਲੀ ਬੇਬੇ ਬਥੇਰੀ ਹੈ, ਸੋਨੂੰ ਪਤੀ ਨਹੀਂ ਹੈਗਾ, ਤੇਲ ਦੇਖੋ ਤੇਲ ਦੀ ਧਾਰ ਦੇਖਿਓ। ਤੇਲ ਦੀ ਧਾਰ ਦੇਖੋ, ਮੈਂ ਤਾਂ ਇਹ ਕਹਿੰਦੀ ਹਾਂ ਜੇ ਦੋ ਚਾਰ ਗੱਲਾਂ ਨਾਲ ਅਗਲਾ ਖੁਸ਼ ਹੁੰਦਾ ਹੈ ਆਪਣਾ ਕੀ ਜਾਂਦਾ। ਹਾਂ ਇਹ ਤਾਂ ਗੱਲ ਠੀਕ ਹੈ ਤੇਰੀ। ਹਾਂ ਦੱਸੋ ਪੁੱਤ ਹੁਣ ਕੀ ਕਹਿੰਦੇ ਸੀ ਤੁਸੀਂ? ਬਹਿ ਜਾ ਬੇਬੇ। ਦੱਸਦਾ ਨੂੰ ਕੀ ਕਹਿੰਦੇ ਤੇ ਹੁਣ ਵਡਿਆਈ ਦੀ ਭੁੱਖੀ ਨੂੰ? ਕੁਛ ਨਹੀਂ ਬੇਬੇ, ਗੱਲ ਤਾਂ ਮੈਂ ਤਾਂ ਐਂ ਕਹਿੰਦਾ ਸੀ ਮੈਂ ਸਬਜ਼ੀ ਫਲੀਆਂ ਦੀ ਬਾਹਲੀ ਸਵਾਦ ਸੀਗੀ, ਰਾਤ ਦਾਲ ਨਾਲੇ ਬਾਹਲੀ ਸਵਾਦ ਬਣਾਈ। ਪੁੱਤ ਮੈਂ ਤਾਂ ਐਂ ਬਣਾਉਂਦੀ ਹਾਂ ਹਰੇਕ ਚੀਜ਼,
दाल सब्जी वादू स्वाद बनाउनी आ ते मेरे हत्थां च ही गुण है तां ते होर गवांडणा चक के कौली बेबे कोले आ जांदियां गवांडणा ते लैण लग जांदी सब्जी लैण होर पुत सब्जी दा घर जोगी बनाई हुंदी ਜਦੋਂ ਕੋਈ ਆ ਜਾਂਦਾ ਫਿਰ ਮੋੜਨਾ ਕਿੰਨਾ ਔਖਾ ਹੋ ਜਾਂਦਾ ਵਾ ਮਾਂ ਤੂੰ ਬੇਟੇ ਰਾਜੂ ਨੂੰ ਪੁੱਛ ਲਈ ਨਾ ਨਾ ਪੁੱਛਣ ਨੂੰ ਤਾਂ ਕੀ ਹੈ ਉਹ ਇਦੂ ਵੱਡਾ ਕੋਈ ਸਬੂਤ ਹੋਊਗਾ ਮੈਂ ਤਾਂ ਆਪ ਖਾ ਕੇ ਦੇਖੀ ਹੈ ਸਬਜ਼ੀ ਦੇ ਤਾਂ ਕੜਿੱਲ ਕੱਢ ਦਿੰਦੇ ਤੁਸੀਂ ਜੀ ਕਰਦਾ ਨਾ ਜਣਾ ਲਫੇੜਾ ਮਾਰਾਂ ਵੀ ਤੂੰ ਖਾਧੀ ਨਹੀਂ ਸਬਜ਼ੀ ਮੇਰੀਆਂ ਸਬਜ਼ੀਆਂ ਬਣਾਈਆਂ ਖਾ ਕੇ ਐਡਾ ਹੈ ਠਹਿਰ ਜਾ ਫਿਰ ਐਂ ਨਹੀਂ ਗੱਲ ਬਣਦੀ ਮੈਨੂੰ ਦਿਖਾਉਣਾ ਪੁੱਤ ਤਜਰਬਾ ਇਹਨਾਂ ਨੂੰ ਕੀ ਕਰਦੇ ਹੋ ਭੈਣ ਜੀ ਭੈਣ ਜੀ ਚਾਹ ਬਣਾਉਂਦੀ ਸੀ ਮੈਂ ਤਾਂ ਮੈਂ ਬਣਾਉਣੀ ਆ ਚਾਹ ਤੁਸੀਂ ਬੈਠੋ ਉੱਥੇ ਸੁਖਪਾਲ ਲਵੇ ਅੱਛਾ ਭੈਣ ਜੀ ਮੈਂ ਕਹਿੰਦੀ ਆ ਮੈਂ ਬਣਾ ਲੈਣੀ ਆ ਚਾਹ ਤੁਸੀਂ ਆਰਾਮ ਕਰ ਲੈਂਦੇ ਨਾ ਨਾ ਅੱਜ ਮੇਰਾ ਉਹੀ ਦਿਲ ਜਿਆ ਕਰਦਾ ਵੀ ਮੈਂ ਆਪਦੇ ਹੱਥਾਂ ਦੀ ਚਾਹ ਬਣਾ ਕੇ ਪਿਆਵਾਂ ਤੁਹਾਨੂੰ ਚਲੋ ਠੀਕ ਹੈ ਫਿਰ ਭੈਣ ਜੀ ਮੈਂ ਬਹਿਨੀ ਆ ਬਣਾ ਲਓ ਤੁਸੀਂ ਚਾਹ ਉੱਥੇ ਮੈਂ ਚਾਹ ਬਣਾਉਣ ਗਈ ਸੀ ਤੇਰੀ ਬੀਬੀ ਕਹਿੰਦੀ ਮੈਂ ਬਣਾ ਲਿਉਂਦੀ ਆ ਚਾਹ ਹੈ ਅੱਛਾ ਕਮਾਲ ਹੋ ਗਈ ਅੱਜ ਬੇਬੇ ਚਾਹ ਪੀਣ ਨੂੰ ਮਿਲੂ ਚੱਲ ਵਧੀਆ ਹੈ ਹੁਣ ਮੇਰੀ ਗੱਲ ਸੁਣੋ ਪੁੱਤ ਤੇਰੀ ਬੀਬੀ ਚਾਹ ਬਣਾ ਕੇ ਲਿਆਉਂਦੀ ਹੈ ਉਹਦੀ ਮੇਥੋਂ ਵੀ ਵੱਧ ਤਾਰੀਫ ਕਰਨੀ ਹੈ ਹੁਣ ਹਰੇਕ ਬੰਦਾ ਆਪਦੇ ਕੰਮ ਦੀ ਸਰਾਹਤਾ ਕਰਾਉਣੀ ਚਾਹੁੰਦਾ ਠੀਕ ਹੈ ਬੇਬੇ ਤੇਰੀ ਗੱਲ ਲੈ ਅੱਜ ਮੇਰੇ ਹੱਥ ਦੀ ਚਾਹ ਪੀ ਕੇ ਦੇਖੋ ਲਿਆ ਬੇਬੇ ਲਿਆ ਬੇਬੇ ਲਿਆ ਭੈਣ ਜੀ ਲਓ ਜੀ ਚਾਹ ਦੇ ਤਾਂ ਬੱਟ ਕੱਢੇ ਪਏ ਨੇ ਬੇਬੇ ਮੈਂ ਬਣਾਈ ਆ ਨਾ ਚਾਹ ਬਹੁਤ ਸਵਾਦ ਹੈ ਬੇਬੇ ਭੈਣ ਜੀ ਬਹੁਤ ਵਧੀਆ ਚਾਹ ਬਣਾਈ ਹੈ ਵਧੀਆ ਬਣਾਉਣੀ ਆ ਭੈਣ ਜੀ ਮੈਂ ਤਾਂ ਲੈ ਚਾਹ ਮੇਰੀ ਮਾਂ ਕੀ ਸਵਾਦ ਬਣਾਉਂਦੀ ਆਪਣੀ ਬੇਬੇ ਬੱਟ ਕਰਦੀ ਚਾਹ ਤਾਂ ਬੇਬੇ ਚਾਹ ਹੋਰ ਹੈਗੀ ਹੈ ਹਾਂ ਹੈਗੀ ਆ ਲਿਆ ਦੂੰਗੀ ਥੋੜੀ ਮੈਨੂੰ ਹੋਰ ਪਾ ਦੀ ਚੰਗਾ ਬਹੁਤ ਵਧੀਆ ਚਾਹ ਹੈ ਕਿਉਂ ਜੇ ਸੈ ਤੂੰ ਬੋਲੇ ਨਹੀਂ ਹਾਂ ਸਵਾਦ ਹੈ ਬੇਬੇ ਬਹੁਤ ਸਵਾਦ ਹੈ ਚਾਹ ਤਾਂ ਬਹੁਤ ਸਵਾਦ ਹੈ ਅੱਜ ਪੁੱਤ ਰੋਟੀ ਵੀ ਮੈਂ ਬਣਾਉਂਗੀ ਪੁਰਥਾ ਬਣਾਉਂਗੀ ਤੁਸੀਂ ਖਾ ਕੇ ਦੱਸਿਓ ਫਿਰ ਅੱਛਾ ਫਿਰ ਠੀਕ ਹੈ ਬੇਬੇ ਆ ਭੈਣ ਜੀ ਦੋ ਰੋਟੀਆਂ ਦਿਓ ਜਵਾਕ ਕਹਿੰਦੇ ਢਿੱਡ ਤਾਂ ਭਰ ਗਿਆ ਨੀਤ ਨਹੀਂ ਭਰੀ ਪੁਰਥੇ ਹੀ ਬੇਬੇ ਨੇ ਬੜਾ ਸਵਾਦ ਬਣਾਇਆ ਅੱਛਾ ਹਾਂ ਤਾਂ ਮੈਂ ਖੀਰ ਬਣਾਉਂਗੀ ਖੀਰ ਖਾ ਕੇ ਦੱਸਿਓ ਫਿਰ ਮੈਨੂੰ ਜਵਾਕ ਤਾਂ ਮੈਨੂੰ ਉਹੀ ਸਮਝਦੇ ਸੀ ਨਾ ਭੈਣ ਜੀ ਮੈਂ ਵੀ ਮੰਨਗੀ ਤੁਹਾਨੂੰ ਤਾਂ ਚੀਜ਼ਾਂ ਹੀ ਬਾਲੀਆਂ ਵਧੀਆ ਬਣਾਉਣ ਕਹਿੰਦੀਆਂ ਨੇ ਬਹੁਤ ਸਵਾਦ ਬਣਾਈਆਂ ਨੇ ਹਾਂ ਲੈ ਭੈਣੇ ਲੈ ਜਾ ਰੋਟੀ ਹਾਂ ਭੈਣ ਜੀ ਪੁਰਥੇ 'ਚ ਕੀ ਪਾਇਆ ਸੀ ਇੰਨਾ ਸਵਾਦ ਮੈਂ ਤਾਂ ਦੋ ਰੋਟੀਆਂ ਵੱਧ ਖਾ ਗਈ ਉੱਤੋਂ ਖੀਰ ਇੰਨੀ ਸਵਾਦ ਦੋ ਕੋਲੇ ਖੀਰ ਦੇ ਖਾ ਗਈ ਹੁਣ ਕਹਾਂ ਦੇਖੀ ਜਾਊ ਮੇਰੇ ਨਾਲ ਕੀ ਬਣਦੀ ਹੈ ਬੇਬੇ ਮੈਂ ਤਾਂ ਸੋਚਿਆ ਵੀ ਨਹੀਂ ਸੀ ਵੀ ਤਾਂ ਇੰਨੀਆਂ ਸਵਾਦ ਸਬਜ਼ੀਆਂ ਬਣਾਉਣੀਆਂ ਪਰਥਾ ਤਾਂ ਬੇਬੇ ਪਹਿਲੇ ਦਿਨੋਂ ਹੀ ਬੜਾ ਸਵਾਦ ਬਣਾਉਂਦੀ ਹੈ ਨਾ ਹੁਣ ਆ ਗਿਆ ਜਾਦ ਕੋਈ ਨਾ ਹੁਣ ਮੈਂ ਹੀ ਬਣਾ ਕੇ ਖਵਾਇਆ ਕਰੂੰ ਤੁਹਾਨੂੰ ਰੋਟੀ ਪਾਣੀ ਠੀਕ ਹੈ ਬੇਬੇ ਠੀਕ ਹੈ ਲੈ ਸੁਖਪਾਲ ਪੁੱਤ ਤੇਰੀ ਬੇਬੇ ਤਾਂ ਮੈਂ ਲਾਤੀ ਕੰਮ ਕਰਨ ਠੀਕ ਹੈ ਰੋਟੀ ਚੁੱਕ ਦਾ ਕੰਮ ਤਾਂ ਉਹ ਕਰਿਆ ਕਰੂਗੀ ਬਾਕੀ ਦੀ ਤੈਨੂੰ ਵੀ ਆਪਦੀ ਸਿਆਣਫ ਵਰਤਣੀ ਪਊਗੀ ਜਿੱਦਾਂ ਕਦੇ ਤੇਰੀ ਬੇਬੇ ਨੇ ਕੱਪੜੇ ਧੋਤੇ ਤੂੰ ਪਤਾ ਕੀ ਕਰਨਾ ਤੂੰ ਉਹਦੀ ਬਹੁਤ ਵਧੀਆ ਤਾਰੀਫ ਕਰਨੀ ਹੈ ਵੀ ਤੂੰ ਤਾਂ ਬੇਬੇ ਬਾਹਲੇ ਸੋਹਣੇ ਕੱਪੜੇ ਨਖੇਰਦੀ ਹੈ ਮੈਥੋਂ ਤਾਂ ਨਹੀਂ ਨਿਖਰਦੇ ਇਹੋ ਜਿਹੇ ਕੱਪੜੇ ਫਿਰ ਪੁੱਤ ਉਹ ਕੱਪੜਿਆਂ ਵਾਲਾ ਕੰਮ ਵੀ ਆਪ ਸਾਂਭਲੂਗੀ ਤੈਨੂੰ ਪੁੱਤ ਬਥੇਰੀ ਸੌਖ ਹੋ ਜੂਗੀ ਹੌਲੀ ਹੌਲੀ ਉਹ ਤਾਂ ਗੱਲ ਠੀਕ ਹੈ ਬੇਬੇ ਕਿਤੇ ਬੇਬੇ ਕੱਪੜੇ ਧੋਣ ਧੋਂਦੀ ਕਿਤੇ ਦੁਬਾਰੇ ਦੁਬਾਰੇ ਧੋਈ ਜਾਵੇ ਵੀ ਹਜੇ ਹੋਰ ਨਖੇਰਦਾ ਹੋਰ ਨਖੇਰਦਾ ਕਿਤੇ ਕੱਪੜੇ ਨਾ ਪਾੜ ਦੇ ਲੈ ਪੁੱਤ ਇਹਦਾ ਤਾਂ ਨਹੀਂ ਫਿਰ ਮੈਨੂੰ ਪਤਾ ਕੱਪੜੇ ਭਾਵਾਂ ਪਾੜੇ ਭਾਵਾਂ ਛੱਡੇ ਪਰ ਮੈਂ ਕੰਮ ਲਾਤੀ ਤੇਰੀ ਬੇਬੇ ਹਾਂ ਗੱਲ ਤਾਂ ਠੀਕ ਹੈ ਬੇਬੇ ਤੇਰੀ ਕੰਮ ਤਾਂ ਵਧੀਆ ਲਾਤੀ ਮੇਰੇ ਬੇਬੇ ਬੇਬੇ ਤੂੰ ਤਾਂ ਸਾਡੇ ਵਧੀਆ ਦਿਨ ਕਢਾ ਦੇ ਹੁਣ ਤਾਂ ਮੈਂ ਠੀਕ ਹੋ ਗਈ ਭੈਣੇ ਰੱਖਣਾ ਤਾਂ ਹੋਰ ਰੱਖ ਲੈ ਬੇਬੇ ਨੂੰ ਦੋ ਤਿੰਨ ਦਿਨ ਹੁਣ ਤਾਂ ਗੇਰਾ ਸਰੀ ਜਾਂਦਾ ਸਾਡਾ ਪੁੱਤ ਐਂ ਹੈ ਹੁਣ ਸੁਖਪਾਲ ਵੀ ਠੀਕ ਹੈ ਬਾਕੀ ਭੈਣ ਜੀ ਹੈਗੀ ਹੈ ਹੁਣ ਤਾਂ ਪੁੱਤ ਮੈਂ ਜਾਊਂਗੀ ਬੇਬੇ ਤਾਂ ਜਵਾਕਾਂ ਪਹਿਲਾਂ ਵੀ ਉੱਧਰ ਹੀ ਪਈ ਹੈ ਸਹੀ ਗੱਲ ਹੈ ਤੁਹਾਡੀ ਭੈਣ ਜੀ ਤੁਸੀਂ ਜਾਓ ਜਵਾਕਾਂ 'ਚ ਮੈਂ ਹਜੇ ਬੈਠੀ ਹਾਂ ਜਿੰਨਾ ਤੱਕ ਸੁਖਪਾਲ ਦਾ ਗੁੱਟ ਜਮਾਂ ਠੀਕ ਨਹੀਂ ਹੁੰਦਾ ਉਹਨਾਂ ਤੱਕ ਮੈਂ ਇਹਨੂੰ ਕੰਮ ਨਹੀਂ ਲਾਉਂਦੀ ਫਿਰ ਅਸੀਂ ਰਲ ਮਿਲ ਕੇ ਕਰ ਲਿਆ ਕਰਾਂਗੇ ਠੀਕ ਹੈ ਭੈਣ ਜੀ ਅਸੀਂ 8-10 ਦਿਨਾਂ ਤੱਕ ਮੈਂ ਤੇ ਰਾਜੂ ਫੇਰ ਗੇੜਾ ਮਾਰ ਜਾਾਂਗੇ ਠੀਕ ਹੈ ਭੈਣ ਜੀ ਰਾਜੂ ਚੱਲ ਪੁੱਤ ਚੱਲੀਏ ਫਿਰ ਚੱਲ ਬੇਬੇ ਚਾਹ ਬਣਾ ਲੈਂਦੀ ਇਸ ਵਾਰ ਬਣਾ ਲੈਣੀ ਆ ਹੋਰ ਨਾ ਚਾਹ ਨਹੀਂ ਪੀਣੀ ਬਾਈ ਰੋਟੀ ਖਾਧੀ ਸੀ ਹੁਣੇ ਚਾਹ ਨੂੰ ਜੀ ਨਹੀਂ ਕਰਦਾ ਨਹੀਂ ਪੁੱਤ ਹੁਣ ਚਾਹ ਦਾ ਕੀ ਕਰਨਾ ਹੈ ਚਲੋ ਦੇਖ ਹੁਣੇ ਪੀਤੀ ਸੀ ਚਲ
हाँ जी सत श्री अकाल सलाम अदाब नमस्कार तुसी जुड़े हो पेंडू विरसा दे नाल हुण बारी है कमेंट वालों की करमवीर सिंह औजला सुरेंद्र लोयाल औलख अजय पलवान बलबीर सिद्धू जसप्रीत कौर उपल बलबीर सिंह जर्मनी जसकरन खाई मोगा जसप्रीत सिंह मंदर गुरनौर कौर बपाराए सुखमन औजला सरबजीत कौर फरीदकोट गुरी किशनगढ़ सुख सिंह ढींडसा जकर हुसैन मनजीत कौर तलवंडी रविंदर कौर संधु कनेडा अमन चाहल ललुआना बी एस जटाणा मलकीत सिंह सऊदी अरबिया डॉक्टर रेनू हुशियारपुर जसपाल सिंह पटियाला मनप्रीत सिंह जसर हीरो कलां के पंजाब पुलिस गुरदीप कौर बठिंडा राहुल सोनी इरफ खान जसवंत कौर मोहाली जरनैल सिंह भीमड़ा कलां रुपिंदर सिंह बालियाली मास्टर मल सिंह बीरोगे कलां बहुत बहुत धन्यवाद सानू एप्रीशिएट करने लई इस तरह उम्मीद है तुसी प्यार बनाई रखोगे वीडियो ते देख के कमेंट जरूर करया करो कमेंट करना ना भुलिया करो शुक्रिया जी सारयां दा बाकी चैनल नू सबसक्राइब कर लो जिहड़े भी रहिंदे ने देखो मेरी भैणो नूहां नाल कम च हत्थ वटा लिया करो ये दे तो कुछ नहीं करावना रोग ही लगणगे ये ना सोचा करो भी मुंडा विआह लिया आपां कम छड़ दो भी ये तां कम नूहां दा ही है धन्यवाद जी धन्यवाद जी शुक्रिया।